ਅੱਜ ਤੁਹਾਨੂੰ ਸਿਖਾਉਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਇੱਕ ਨਵੇਂ ਤਰੀਕੇ ਨਾਲ ਸਾਗ ਕਿਸ ਤਰ੍ਹਾਂ ਬਣਾ ਸਕਦੇ ਹਾਂ। ਇਹ ਜੋ ਮੈਂ ਸਾਗ ਬਣਾਇਆ, ਇੱਕ ਬਾਹਰੋਂ ਮੈਨੂੰ ਡਿਮਾਂਡ ਆਈ ਸੀ, ਬਾਹਰੋਂ ਕਿਸੇ ਨੇ ਮੈਨੂੰ ਟੈਲੀਫੋਨ ਕੀਤਾ ਸੀ ਵੀ ਤੁਸੀਂ ਇਸ ਤਰ੍ਹਾਂ ਸਾਗ ਬਣਾਇਓ, ਅਤੇ ਇਹ ਜੋ ਸਾਗ ਹੈ ਉਸੇ ਤਰ੍ਹਾਂ ਇਸਦਾ ਟੇਸਟ ਆਊਗਾ ਜਿਸ ਤਰ੍ਹਾਂ ਤੁਸੀਂ ਆਮ ਖਾਂਦੇ ਆ ਸਰਦੀਆਂ ਦੇ ਦਿਨਾਂ ਦੇ ਵਿੱਚ, ਅਤੇ ਮੈਂ ਬਿਲਕੁਲ ਉਸੇ ਤਰ੍ਹਾਂ ਹੀ ਬਣਾਇਆ ਹੈ ਸਾਗ। ਅਤੇ ਤੁਸੀਂ ਵੀਡੀਓ ਐਂਡ ਤੱਕ ਦੇਖਿਓ, ਤੁਹਾਨੂੰ ਤਾਂ ਸਮਝ ਲੱਗਣੀ ਮੈਂ ਇਹ ਸਾਗ ਕਿਸ ਤਰ੍ਹਾਂ ਬਣਾਇਆ। ਚਲੋ ਜੀ ਕਰਦੇ ਹਾਂ ਸ਼ੁਰੂ ਫਿਰ ਆਪਾਂ ਆਪਣੇ ਘਰ ਦੇ ਵਿੱਚ ਇਹ ਸਾਗ ਕਿਸ ਤਰ੍ਹਾਂ ਬਣਾਵਾਂਗੇ। ਸਾਗ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਆਹ ਤੁਸੀਂ ਦੇਖ ਸਕਦੇ ਹੋ ਸੁੱਕੀ ਪਾਲਕ ਹੈ, ਇਸ ਨੂੰ ਜਿਸ ਟਾਈਮ ਆਪਣਾ ਸਾਗ ਬਹੁਤ ਹੁੰਦੀ ਹੈ ਨਾ ਉਸ ਟਾਈਮ ਇਸ ਨੂੰ ਵੱਢ ਕੇ ਮੈਂ ਸੁਕਾ ਲਿਆ ਸੀ, ਠੀਕ ਹੈ। ਅਤੇ ਇਸ ਦੇ ਨਾਲ ਹੀ ਮੇਥੀ ਆ, ਮੇਥੀ ਨੂੰ ਮੈਂ ਸੁਕਾ ਲਈ ਸੀ ਵੱਢ ਕੇ। ਹਰਾ ਧਨੀਆ ਇਸ ਨੂੰ ਮੈਂ ਵੱਢ ਕੇ ਸੁਕਾ ਲਿਆ ਸੀ। ਇਸ ਦੇ ਵਿੱਚ ਮੈਂ ਪਾਊਂਗਾ ਇੱਕ ਬੰਦ ਗੋਭੀ। ਇਹ ਜੋ ਨੁਸਖਾ ਮੈਨੂੰ ਕਿਸੇ ਨੇ ਬਾਹਰੋਂ ਫੋਨ ਕੀਤਾ ਸੀ ਅਤੇ ਉਸਨੇ ਕਿਹਾ ਸੀ ਵੀ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਸਾਗ ਬਣਾ ਕੇ ਦੇਖੋ, ਬਿਲਕੁਲ ਜਿਸ ਤਰ੍ਹਾਂ ਆਪਾਂ ਪੁਰਾਣਾ ਬਣਦਾ ਸਾਗ ਉਸ ਤਰ੍ਹਾਂ ਦਾ ਇਸਦਾ ਟੇਸਟ ਆਉਂਦਾ। ਚਲੋ ਮੈਂ ਅੱਜ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਬਾਹਰੋਂ ਫੋਨ ਆਇਆ ਸੀ ਵੀ ਤੁਸੀਂ ਇਸ ਤਰ੍ਹਾਂ ਟਰਾਈ ਕਰੋ, ਅੱਜ ਮੈਂ ਉਸ ਤਰ੍ਹਾਂ ਹੀ ਟਰਾਈ ਕਰੂੰਗਾ ਅਤੇ ਨਾਲੇ ਤੁਸੀਂ ਵੀ ਸਿੱਖ ਲਿਓ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮੈਂ ਦੱਸੂੰਗਾ ਵੀ ਇਸਨੂੰ ਆਪਾਂ ਕਿਸ ਤਰ੍ਹਾਂ ਸਟੋਰ ਕਰਨਾ, ਵੀ ਆਪਾਂ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਜਦੋਂ ਸਾਗ ਆ ਪਾਲਕ ਹੋ ਜਾਂਦੀ ਆ ਵੀ ਮੈਂ ਇਸਨੂੰ ਕੱਟ ਕੇ ਕਿਸ ਤਰ੍ਹਾਂ ਸਟੋਰ ਕੀਤਾ ਸੀ ਉਹ ਵੀ ਤੁਹਾਨੂੰ ਮੈਂ ਦੱਸੂੰਗਾ। ਪਰ ਅੱਜ ਤੁਸੀਂ ਆਹ ਤਰੀਕਾ ਦੇਖ ਲਓ ਮੈਂ ਕਿਸ ਤਰ੍ਹਾਂ ਬਣਾਇਆ ਸਾਗ। ਇਸ ਦੇ ਨਾਲ ਜੋ ਮੈਂ ਦੂਸਰਾ ਸਮਾਨ ਲਿੱਤਾ ਉਹ ਵੀ ਤੁਹਾਨੂੰ ਮੈਂ ਦੱਸਦਾ। ਮੈਂ ਹਰੀ ਮਿਰਚ ਲਿੱਤੀ ਆ, ਅਦਰਕ ਲਿੱਤਾ, ਲਸਣ ਅਤੇ ਨਮਕ। ਹੁਣ ਤੁਹਾਨੂੰ ਮੈਂ ਦੱਸਦਾ ਆਪਾਂ ਨੇ ਕੀ ਕਰਨਾ। ਆ ਜੋ ਪਾਲਕ ਹੈ, ਮੇਥੀ ਅਤੇ ਧਨੀਆ, ਆਪਾਂ ਨੇ ਇਸਨੂੰ ਨੋਰਮਲ ਪਾਣੀ ਲੈ ਕੇ, ਨਾ ਜ਼ਿਆਦਾ ਠੰਡਾ ਹੋਵੇ ਨਾ ਜ਼ਿਆਦਾ ਹੀ ਗਰਮ ਹੋਵੇ, ਬਸ ਨੋਰਮਲ ਜਿਹਾ ਤੁਸੀਂ ਪਾਣੀ ਲੈਣਾ। ਉਸਨੂੰ ਆਪਾਂ ਨੇ ਅੱਧੇ ਘੰਟੇ ਵਾਸਤੇ ਪਾਣੀ 'ਚ ਭਿਉਂ ਕੇ ਰੱਖ ਦੇਣਾ। ਬਸ ਤਕਰੀਬਨ ਤੁਸੀਂ ਲੀਟਰ ਪਾਣੀ ਲੈ ਲੈਣਾ ਇਸ ਵਾਸਤੇ, ਇੰਨੇ ਸਮਾਨ ਵਾਸਤੇ ਲੀਟਰ ਪਾਣੀ 'ਚ ਤੁਸੀਂ ਇਸਨੂੰ ਭਿਉਂ ਕੇ ਰੱਖ ਦੇਣਾ ਅੱਧੇ ਘੰਟੇ ਵਾਸਤੇ। ਆ ਤੁਸੀਂ ਦੇਖ ਸਕਦੇ ਹੋ ਮੈਨੂੰ ਪੂਰਾ ਅੱਧਾ ਘੰਟਾ ਹੋ ਚੁੱਕਿਆ, ਇਸ ਨੂੰ ਮੈਂ ਪਾਣੀ 'ਚ ਭਿਉਂ ਕੇ ਰੱਖਿਆ ਸੀ। ਹੁਣ ਮੈਂ ਇਸਨੂੰ ਇੱਕ ਪਤੀਲੇ 'ਚ ਪਾ ਲੂੰਗਾ। ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਨਮਕ ਪਾਊਂਗਾ। ਮੈਂ ਇੱਕ ਚਮਚਾ ਪੂਰਾ ਨਮਕ ਦਾ ਪਾਇਆ। ਇਸ ਦੇ ਨਾਲ ਹੀ ਆਪਾਂ ਪੱਤਾ ਗੋਭੀ ਨੂੰ ਬਰੀਕ ਬਰੀਕ ਕੱਟ ਲਵਾਂਗੇ। ਮੈਂ ਇਸਨੂੰ ਕੱਟ ਲਿਆ ਸੀ ਅਤੇ ਉਸ ਤੋਂ ਬਾਅਦ ਇਸਨੂੰ ਮੈਂ ਵਾਸ਼ ਕਰ ਲਿਆ ਸੀ ਅਤੇ ਹੁਣ ਮੈਂ ਇਸਨੂੰ ਸਾਰੇ ਨੂੰ ਉਸ ਪਤੀਲੇ ਵਿੱਚ ਪਾ ਦੂੰਗਾ। ਜੋ ਅਦਰਕ ਸੀ, ਲਸਣ ਸੀ ਅਤੇ ਹਰੀਆਂ ਮਿਰਚਾਂ, ਉਸਨੂੰ ਮੈਂ ਇੱਕ ਕੁੰਡੀ 'ਚ ਪਾ ਕੇ ਉਸਦਾ ਪੇਸਟ ਬਣਾ ਲਿਆ ਸੀ। ਉਸਨੂੰ ਐਂ ਬਰੀਕ ਬਰੀਕ ਕੁੱਟ ਲਿਆ ਅਤੇ ਹੁਣ ਮੈਂ ਇਸਨੂੰ ਇਸ ਦੇ ਵਿੱਚ ਪਾ ਦੂੰਗਾ। ਮੈਨੂੰ ਹੁਣ ਪੂਰੇ 15 ਮਿੰਟ ਹੋ ਚੁੱਕੇ ਨੇ ਇਸਨੂੰ ਉਬਾਲੀ ਦਿਵਾਉਂਦੇ ਨੂੰ। ਇਸ ਦੇ ਵਿੱਚ ਮਿਕਸ ਕਰ ਦੇਵਾਂਗੇ। ਮੈਨੂੰ ਹੁਣ ਤਕਰੀਬਨ 30 ਤੋਂ 40 ਮਿੰਟ ਹੋ ਚੁੱਕੇ ਨੇ। ਆ ਤੁਸੀਂ ਦੇਖ ਸਕਦੇ ਹੋ ਜੋ ਇਸ ਦੇ ਵਿੱਚ ਪਾਣੀ ਸੀ ਐਨ ਇਸਨੇ ਸੋਖ ਲਿਆ। ਜੇ ਤੁਹਾਨੂੰ ਲੱਗੇ ਵੀ ਥੋੜ੍ਹਾ ਪਾਣੀ ਥੋੜ੍ਹਾ ਜਿਹਾ ਘੱਟਦਾ, ਤੁਸੀਂ ਇਸ ਦੇ ਵਿੱਚ ਨਾ ਗਰਮ ਪਾਣੀ ਕਰਕੇ ਪਾ ਲੈਣਾ ਥੋੜ੍ਹਾ ਜਿਹਾ। ਤਕਰੀਬਨ ਤੁਸੀਂ ਇਸਨੂੰ 30 ਤੋਂ 40 ਮਿੰਟ ਇਸਨੂੰ ਪਕਾਉਣਾ। ਜੇ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਜੋ ਸਾਗ ਸੀ ਮੈਂ ਸੁਕਾ ਲਿਆ ਸੀ ਇਸਨੂੰ ਕੱਟ ਕੇ ਪਹਿਲਾਂ, ਅਤੇ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ 30 ਤੋਂ 40 ਮਿੰਟ ਪਕਾਉਣਾ ਫਿਰ। ਅਤੇ ਹੁਣ ਮੈਂ ਇਸ ਦੇ ਵਿੱਚ ਪਾਊਂਗਾ ਆਲਣ। ਮਿਕਸ ਕਰੂੰਗਾ ਇਸ ਦੇ ਵਿੱਚ।
ਮੈਂ ਇਸ ਦੇ ਵਿੱਚ ਆਲਣ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਰਲਾ ਦਿੱਤਾ। ਹੁਣ ਮੈਂ ਇਸ ਦੇ ਵਿੱਚ ਆ ਮਿਕਸੀ ਘੁਮਾ ਦੂੰਗਾ ਅਤੇ ਥੋੜ੍ਹਾ ਜਿਹਾ ਇਸ ਦੇ ਵਿੱਚ ਹੋਰ ਮੈਂ ਗਰਮ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੂੰਗਾ ਇਸ ਮਿਕਸੀ ਨਾਲ ਪਾ ਕੇ ਇਸ ਦੇ ਵਿੱਚ। ਦੇਖ ਸਕਦੇ ਐਨ ਜਿਸ ਤਰ੍ਹਾਂ ਸਾਗ ਹੁੰਦਾ ਉਸ ਤਰ੍ਹਾਂ ਆਪਣਾ ਇਹ ਬਣ ਚੁੱਕਿਆ। ਅਤੇ ਹੁਣ ਮੈਂ ਇਸ ਦੇ ਥੱਲੇ ਦੁਬਾਰਾ ਅੱਗ ਬਾਲ ਦੂੰਗਾ। ਤਕਰੀਬਨ ਤੁਸੀਂ ਜਦੋਂ ਆਲਣ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸੀ ਪਾ ਕੇ ਅਤੇ ਇਸ ਨੂੰ ਫਿਰ ਤੁਸੀਂ 5 ਮਿੰਟ ਹੋਰ ਪਕਾਉਣਾ ਇਸ ਨੂੰ। ਹੁਣ ਮੈਂ ਇਸ ਥੱਲੇ ਇਸ ਦੇ ਅੱਗ ਬਾਲ ਦੂੰਗਾ ਅਤੇ 5 ਮਿੰਟ ਇਸ ਨੂੰ ਹੋਰ ਪਕਾਉਂਗਾ। ਅਤੇ ਹੁਣ ਮੈਂ ਇਸ ਨੂੰ ਤੜਕਾ ਲਾਊਂਗਾ। ਇੱਕ ਮੈਂ ਪੈਨ ਲਿੱਤਾ, ਪੈਨ ਦੇ ਵਿੱਚ ਮੈਂ ਬਟਰ ਪਾਊਂਗਾ। ਤੁਸੀਂ ਦੇਸੀ ਘੀ ਦਾ ਵੀ ਤੜਕਾ ਲਾ ਸਕਦੇ ਹੋ, ਬਟਰ ਦਾ ਵੀ ਤੜਕਾ ਲਾ ਸਕਦੇ ਹੋ, ਪਰ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਸਾਗ ਬਣਾਉਣਾ ਮੈਂ ਤੁਹਾਨੂੰ ਇੱਕ ਵਾਰ ਕਹੂੰਗਾ ਤੁਸੀਂ ਇੱਕ ਵਾਰ ਬਟਰ ਦਾ ਤੜਕਾ ਲਾ ਕੇ ਦੇਖੋ, ਉਸਦਾ ਹੋਰ ਵੀ ਵਧੀਆ ਟੇਸਟ ਆਉਂਦਾ। ਦੇਸੀ ਘੀ ਦਾ ਵੀ ਟੇਸਟ ਆਪਣਾ ਆਉਂਦਾ ਅਤੇ ਬਟਰ ਦਾ ਟੇਸਟ ਵੀ ਆਪਣਾ ਆਉਂਦਾ। ਅਤੇ ਹੁਣ ਮੈਂ ਇਸ ਨੂੰ ਗਰਮ ਕਰਕੇ ਇਸ ਦੇ ਵਿੱਚ ਜੋ ਬਾਕੀ ਦਾ ਸਮਾਨ ਉਹ ਵੀ ਪਾਊਂਗਾ। ਜੋ ਮੈਂ ਇਸ ਦੇ ਵਿੱਚ ਬਟਰ ਪਾਇਆ ਸੀ ਉਹ ਪੂਰਾ ਮੈਲਟ ਹੋ ਚੁੱਕਿਆ ਅਤੇ ਹੁਣ ਮੈਂ ਇਸ ਦੇ ਵਿੱਚ ਲਸਣ ਪਾ ਦੂੰਗਾ। ਮੈਂ ਲਸਣ ਨੂੰ ਬਰੀਕ ਬਰੀਕ ਕੱਟ ਲਿਆ ਸੀ। ਜਦੋਂ ਆਪਣਾ ਇਸ ਦੇ ਵਿੱਚ ਲਸਣ ਥੋੜ੍ਹਾ ਜਿਹਾ ਭੁੰਨ ਹੋ ਜਾਊਗਾ ਫਿਰ ਆਪਾਂ ਇਸ ਦੇ ਵਿੱਚ ਅਦਰਕ ਪਾ ਦੂੰਗੇ। ਜਦੋਂ ਆਪਣਾ ਅਦਰਕ ਵੀ ਥੋੜ੍ਹਾ ਜਿਹਾ ਭੁੰਨ ਹੋ ਜਾਊ ਫਿਰ ਆਪਾਂ ਇਸ ਦੇ ਵਿੱਚ ਪਿਆਜ਼ ਪਾ ਦੂੰਗੇ। ਜੋ ਮੈਂ ਇਸ ਦੇ ਵਿੱਚ ਪਿਆਜ਼ ਪਾਇਆ ਸੀ ਉਹ ਵੀ ਭੁੰਨ ਹੋ ਚੁੱਕਿਆ ਅਤੇ ਹੁਣ ਆਪਾਂ ਇਸ ਦੇ ਵਿੱਚ ਸਾਗ ਪਾ ਦੇਵਾਂਗੇ। ਆ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਕਿਸ ਤਰ੍ਹਾਂ ਬਣਾਇਆ ਸਾਗ ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸਿਓ ਅਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਚੱਲ ਨਲਕਾ ਗੇੜ, ਨਲਕਾ ਗੇੜ ਪਾਣੀ ਹੋਰ ਚੈੱਕ, ਹੋਰ ਪਾਣੀ ਪਾਣੇ ਨਲਕਾ ਗੇੜ ਇੱਧਰ, ਨਲਕਾ ਗੇੜ ਤੂੰ ਨਲਕਾ ਗੇੜ ਉੱਧਰ ਜਾ ਨਲਕਾ ਗੇੜ। ਆਹ ਜਿਹੜੀ ਅਸੀਂ ਮੇਥੀ ਕੱਟ ਰਹੇ ਹਾਂ ਨਾ, ਮੈਂ ਹੋਰ ਵੀ ਆਪਣੇ ਕੋਠੇ ਪਰ ਕੱਟ ਕੱਟ ਕੇ ਰੱਖੀ ਹੋਈ ਹੈ ਕਿ ਜਿੰਨੀ ਵੀ ਆਹ ਤੁਸੀਂ ਦੇਖੋ ਮੈਂ ਪਹਿਲਾਂ ਵੀ ਕੱਟ ਕੱਟ ਕੇ ਰੱਖੀ ਹੋਈ ਆ, ਠੀਕ ਹੈ ਜੀ। ਅਤੇ ਹੁਣ ਆਪਾਂ ਥੋੜ੍ਹੀ ਜਿਹੀ ਨੂੰ ਸਾਈਡ ਕਰ ਦੇਵਾਂਗੇ, ਚਾਹ ਪਾ ਲਵਾਂਗੇ ਇੱਥੇ। ਜਦੋਂ ਇਹ ਐਨ ਪੂਰੀ ਸੁੱਕ ਜੂਗੀ ਨਾ ਤੇ ਤੁਸੀਂ ਇਸਨੂੰ ਇੱਕ ਡੱਬੇ ਚ ਬੰਦ ਕਰਕੇ ਰੱਖ ਲੈਣਾ। ਬਸ ਤੁਸੀਂ ਭਾਵੇਂ 2-3 ਸਾਲ ਇਸਨੂੰ ਪਾ ਸਕਦੇ ਆ ਆਪਣੇ ਜਦੋਂ ਵੀ ਸਬਜ਼ੀ ਬਣਾਉਣੀ ਆ ਥੋੜ੍ਹਾ ਜਿਹਾ।